ਨਜ਼ਰਾ ਦੱਸੀ ਖੋਤੀ ਭਾਅ ਜਿਹੜੀ ਹੋ ਗਏ ਸਿਰਫ ਇਸ ਤੋਂ ਡਰਦਾ ਨਹੀਂ ਖੇਡਣ ਦੇ ਇਹਨੂੰ ਖੋਤੀ ਹੋ ਜਾਣੀ ਹੈ ਨੌਕਰ ਜਾਣਾ ਮਾਰਦਾ ਵੱਟਾ ਮਾਰਦਾ ਵੱਟਾ ਮਾਰਨਾ ਕਿਨੂੰ ਇਹ ਦੱਸ ਦੇ ਯਾਰ ਇਹ ਕੀ ਹੈ ਯਾਰ ਇੱਥੇ ਭੈਣ ਦੀ ਪੁੱਤੀ ਆ ਰੋ ਦੇ ਭੈਣ ਦੀ ਕੀ ਸੁਣਨ ਆਉਂਦੇ ਅਸੀਂ ਆਹੋ ਤੇ ਠੀਕ ਹੈ ਯਾਰ ਕੀ ਤੁਸੀਂ ਯਾਰ ਆਹੋ ਠੀਕ ਹੈ ਯਾਰ ਟੈਨਸ਼ਨ ਹੈ ਮੈਨੂੰ ਆਹੋ ਪੈਸੇ ਬੜੇ ਲੋਕਾਂ ਦੇਣੇ ਨੇ ਕੀ ਕਰੀਏ ਪੇਮੈਂਟ ਬੜੀ ਫਸੀ ਹੈ ਉਹਨੇ ਆਖਿਆ ਕਿ ਉਹਨੇ ਨਾ ਨੀ ਉਹਨੇ ਸਹੀ ਕੰਮ ਬੰਦਾ ਕਹਿੰਦਾ ਮੈਂ ਤੈਨੂੰ ਖਵਾਇਆ ਨੀ ਹਲੇ ਪਰਸੋਂ ਜਿਹੜਾ ਕਿਹੜਾ ਤੂੰ 600 ਪਾਇਆ ਉਹ ਤੇਰਾ 600 ਉਹ ਤੇਰਾ 600 ਉਹਦੇ ਹਲੇ ਭੈਣ ਚੋ ਜਿਹੜੀ ਪਾਰਟੀ ਹੁੰਦੀ ਤੇਰਾ 600 ਉਹਦੇ ਚੋ ਨਿਕਲਦਾ ਜਾ ਕੇ ਉਹ ਸਾਨੂੰ ਕੀ ਪਤਾ ਕਿੱਥੋਂ ਆਇਆ ਤੇਰੇ ਭਰਾ ਨੇ ਚੰਗਾ ਕੰਮ ਫੜਿਆ ਜਿਹਨੂੰ ਦਿਲ ਕਰਦੇ ਉਹਨੂੰ ਕਹਿੰਦੇ ਆਇਆ ਤੈਨੂੰ ਬੈਲ ਦਈਏ ਤੂੰ ਵੀ ਮੇਰਾ 3700 ਰੁਪਇਆ ਦੇਣਾ ਮੈਂ ਤੇਰਾ 4000 ਤੂੰ 20 ਵਾਰੀ ਮੇਰੇ ਕੋਲ ਪੈਕੇ ਲਵਾਇਆ ਟੈਲੀਨਾਰ ਦਾ 20 ਵਾਰੀ 20 ਦੂਣਾ 40 ਹੋ ਗਿਆ ਉਹ 37 ਹੁੰਦਾ ਫਿਰ ਤੇ ਕਾਹਦਾ ਜਗਾਨੇ ਇਹ ਨਦੀਮ ਨੂੰ ਹਰ ਥਾਂ ਤੇ ਸਿਰਫ ਸੱਦਾ ਹੀ ਇਸੇ ਲਈ ਹੈ ਕਿ ਹੋਰ ਕੋਈ ਗੱਲ ਮੇਰੀ ਗੱਲ ਨਾ ਤੈਨੂੰ ਬਰੈਲੀ ਤੇਰਾ ਯਾਰ ਪੱਕਾ ਹੋਏਗਾ ਲਾਇਆ
ਤੈਨੂੰ ਪਤਾ ਨੀ ਟੈਲੈਂਟ ਰਾਬਤਾ ਅੱਜ ਕੱਲ ਇੱਥੇ ਕੁਛ ਹੈ ਤੇ ਮਾਰੋ ਪਹਿਲਾਂ ਸਾਫ਼ ਤੇ ਕਰੋ ਮੂੰਹ ਮੂੰਹ ਬਣਾ ਕਰਕੇ ਦੰਦ ਕਰਦੇ ਦੰਦ ਕਰ ਇਹਦਾ ਮਤਲਬ ਇਹਦਾ ਸੂਟ ਦਾ ਗੁੱਸਾ ਮੋਟਰਸਾਈਕਲ ਤੇ ਕੱਢਿਆ ਤੂੰ ਉਹਦਾ ਪਾੜ ਵੜ ਲੈ ਤੀਜਾ ਬੱਚਾ ਕੱਲ ਅੱਛਾ ਤੂੰ ਵੀਡੀਓ ਬਣਾਈ ਅਯਾ ਜਾ ਵੜ ਕੀ ਆਣ ਦੇ 100 ਰੁਪਇਆ ਮੋਟਰਸਾਈਕਲ ਮੰਗ ਕੇ ਲੈ ਗਿਆ ਇਹਨੇ ਪਲੱਗ ਦੇ ਉੱਤੇ ਤਾਰ ਲਵੇਟੀ ਸੀ ਉਹ ਤੇ ਮਾੜਾ ਜਿਹਾ ਪੈਟਰੋਲ ਲੀਕ ਹੋਇਆ ਮੈਂ ਕਿੱਕ ਮਾਰੀ ਮੋਟਰਸਾਈਕਲ ਮੰਗ ਲਾ ਕੇ ਓਏ ਹੋਏ ਭੈਣ ਜੋ ਬੁਰੇ ਚੰਗਾ ਤੂੰ ਨਾ ਖੇਡੇ ਅੱਜ ਤੂੰ ਵੀ ਜਾ ਅੱਜ ਲੈ ਲਾ ਮਜ਼ਾ ਸੱਟ ਕੇ ਕੀ ਮਜ਼ਾ ਹੁੰਦਾ ਤੂੰ ਜਾਣਾ ਕਿਹਦੇ ਨਾਲ ਲੋਕਲ ਟੋਰ ਜਾਂਦਾ ਮੈਂ ਓਏ ਆ ਹੀ ਬੰਦਾ ਸਹੀ ਤੈਨੂੰ ਕਿਹਦਾ ਗੁੱਸਾ ਚੜ ਗਿਆ ਓਏ ਇਹਨੇ ਵੀ ਟੈਨਸ਼ਨ ਲੈ ਗੁੱਸਾ ਚੜ ਗਿਆ ਆ ਘਰ ਬਾਲ ਵੀ ਛੱਡ ਕੇ ਆਉਂਦਾ ਗੁੱਸਾ ਨਹੀਂ ਚੜਿਆ ਵੜ ਮੈਨੂੰ ਜਾ ਜਾ ਨਦੀ ਮੋਹ ਤੋਂ ਦਿਕ ਜਾ ਗੁੱਸਾ ਚੜ ਗਈ ਨਦੀ ਮੋਹ ਤੋਂ ਦਿਕ ਜਾ ਜਾਮ ਨੂੰ ਅਧਿਕਰ ਮੈਂ ਗਵਾਰ ਮੈਂ ਪੱਕਾ ਹੀ ਜਾਣਾ ਮੈਂ ਨਾਰਨੀ ਮੋਹ ਤੋਂ ਫੇਰ ਕੇ ਤੇ ਆ ਚੱਲ ਫੇਰ ਰਿਆ ਤੂੰ ਹੀ ਇੱਕ ਵਾਰੀ ਜਾਗਾ ਉਹ ਚਮਕ ਇੱਧਰ ਨੀ ਉੱਥੇ ਨਾ ਜਾ ਜੇ ਚੰਬੜ ਜਾਂਦੇ ਨੀ ਇੱਥੇ ਉਹ ਵੀ ਆਂਦੇ ਚੱਲ ਨਦੀਮ ਚਲੀ।